ਹੈਲੋ ਜੀ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਜੀ ਮੈਗੀ ਦੇ ਕ੍ਰਿਸਪੀ ਕਰੰਚੀ कुरकुरੇ ਤਿੱਖਾਰੇ ਜਿਹੜੇ ਪਕੌੜੇ ਬਹੁਤ ਹੀ ਟੇਸਟੀ ਬਣਦੇ ਨੇ ਪਕੌੜੇ ਇਹਨਾਂ ਨੂੰ ਬਣਾਉਣ ਲਈ ਜਿਹੜੇ ਇੰਗਰੀਡੀਅੰਟ ਚਾਹੀਦੇ ਨੇ ਤੁਸੀਂ ਉਹ ਦੇਖ ਲਓ ਰੈੱਡ ਕੈਪਸਿਕਮ ਹੈ ਇੱਕ ਦੋ ਸ਼ਿਮਲਾ ਮਿਰਚਾਂ ਛੋਟੇ ਸਾਈਜ਼ ਦੀਆਂ ਨੇ ਤੁਹਾਡੇ ਕੋਲ ਵੱਡੀ ਆ ਤਾਂ ਇੱਕ ਲੈ ਲਓ ਇੱਕ ਜਿਹੜਾ ਪਿਆਜ਼ ਆ ਦੋ ਤੋਂ ਤਿੰਨ ਹਰੀਆਂ ਮਿਰਚਾਂ ਇੱਕ ਪਾਊਚ ਜਿਹੜਾ ਆ ਮੈਗੀ ਦਾ ਆ ਤੇ 50 ਗ੍ਰਾਮ ਦੇ ਕਰੀਮ ਜਿਹੜਾ ਬੇਸਣ ਆ ਇਹਨਾਂ ਸਾਰੀਆਂ ਸਬਜ਼ੀਆਂ ਨੂੰ ਆਪਾਂ ਬਰੀਕ ਕੱਟ ਲਓ ਤੁਸੀਂ ਆਪਣੇ ਪਸੰਦ ਦੇ ਅਕੋਰਡਿੰਗ ਜਿਹੜਾ ਵੀ ਮਰਜ਼ੀ ਸ਼ੇਪ ਦੇਣੀ ਚਾਹੁੰਦੇ ਹੋ ਦੇ ਸਕਦੇ ਹੋ ਪਿਆਜ਼ ਜਿਹੜਾ ਮੈਂ ਲੰਬੇ ਕੱਟਿਆ ਤੇ ਬਾਕੀ ਸਬਜ਼ੀਆਂ ਜਿਹੜੀਆਂ ਛੋਟੀਆਂ ਕੱਟੀਆਂ ਨੇ ਤੇ ਜਿਹੜੀ ਮੈਗੀ ਆ ਇਹਨੂੰ ਆਪਾਂ ਤੋੜ ਲਵਾਂਗੇ ਹੱਥ ਨਾਲ ਇਸ ਤਰ੍ਹਾਂ ਥੋੜਾ ਜਿਹਾ ਜਿਹਾ ਚੂਰਾ ਜਿਹਾ ਆਪਾਂ ਬਣਾਉਣਾ ਆ ਤੇ ਇਹਨੂੰ ਆਪਾਂ ਤੋੜਨ ਤੋਂ ਬਾਅਦ ਜਿਹੜਾ ਮੈਗੀ ਦਾ ਮਸਾਲਾ ਆ ਉਹ ਵੀ ਆਪਾਂ ਇਹਦੇ ਵਿੱਚ ਹੀ ਐਡ ਕਰਨਾ ਆ ਤੇ ਇਹਨੂੰ ਇਸ ਤਰ੍ਹਾਂ ਦੇ ਨਾਲ ਹੱਥਾਂ ਨਾਲ ਤੁਸੀਂ ਥੋੜਾ ਜਿਹਾ ਇਸ ਤਰ੍ਹਾਂ ਤੋੜ ਲਓ ਾਂਗੇ ਜਿਹੜੀਆਂ ਲੰਬੀਆਂ ਲੰਬੇ ਸਾਈਜ਼ ਦੀ ਜਿਹੜੀ ਆ ਮੈਗੀ ਉਹ ਨਾ ਹੋਵੇ ਥੋੜਾ ਚੂਰਾ ਜਿਹਾ ਬਣਾ ਲੈਣਾ ਆਪਾਂ ਇਹਦਾ ਤੇ ਇਸ ਤੋਂ ਬਾਅਦ ਆਪਾਂ ਇਹਨਾਂ ਨੂੰ ਇੱਕ ਬਰਤਨ ਦੇ ਵਿੱਚ ਇਹ ਜਿਹੜੀ ਮੈਗੀ ਆ ਇਹ ਵੀ ਪਾ ਦੇਣੀ ਆ ਤੇ ਜਿਹੜਾ ਆਪਣਾ ਬੇਸਣ ਆ ਉਹ ਵੀ ਆਪਾਂ ਇਹਦੇ ਵਿੱਚ ਹੀ ਐਡ ਕਰ ਦਵਾਂਗੇ ਤੇ ਜਿੰਨੀਆਂ ਵੀ ਆਪਣੇ ਕੋਲ ਕਟੀਆਂ ਹੋਈਆਂ ਸਬਜ਼ੀਆਂ ਨੇ ਤੁਸੀਂ ਸਬਜ਼ੀਆਂ ਆਪਣੀ ਪਸੰਦ ਦੇ ਅਕੋਰਡਿੰਗ ਵੱਧ ਘੱਟ ਵੀ ਕਰ ਸਕਦੇ ਹੋ ਉਹ ਵੀ ਆਪਾਂ ਇਹਦੇ ਵਿੱਚ ਹੀ ਐਡ ਕਰ ਦੇਣੀਆਂ ਨੇ ਉਸ ਤੋਂ ਬਾਅਦ ਆਪਾਂ ਜੀ ਆਪਣੀ ਟੇਸਟ ਦੇ ਅਕੋਰਡਿੰਗ ਜਿਹੜਾ ਆ ਆਪਾਂ ਨਮਕ ਪਾਵਾਂਗੇ ਤੇ ਲਾਲ ਮਿਰਚ ਆਪਾਂ ਪਾਵਾਂਗੇ ਲਾਲ ਮਿਰਚ ਇਸ ਕਰਕੇ ਘੱਟ ਪਾਈ ਹੈ ਕਿਉਂਕਿ ਆਪਾਂ ਹਰੀਆਂ ਮਿਰਚਾਂ ਵੀ ਪਾਈਆਂ ਨੇ ਤੇ ਇੱਕ ਚਮਚ ਜਿਹੜਾ ਆ ਭੁੰਨਿਆ ਹੋਇਆ ਜੀਰਾ ਆ ਉਹ ਆਪਾਂ ਪਾਇਆ ਆ ਪੀਸਿਆ ਹੋਇਆ ਜੀਰਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਮੈਗੀ ਦਾ ਜਿਹੜਾ ਇਹ ਮਸਾਲਾ ਆ ਇਹ ਵੀ ਪਾ ਦਵਾਂਗੇ ਤੇ ਇਹਨੂੰ ਆਪਾਂ ਹੌਲੀ-ਹੌਲੀ ਥੋੜਾ-ਥੋੜਾ ਪਾਣੀ ਪਾ ਕੇ ਜੜਾਇਆ ਉਹ ਇਹ ਪਕੌੜਿਆਂ ਦਾ ਜਿਸ ਤਰ੍ਹਾਂ ਦਾ ਕੀ ਬੈਟਰ ਹੁੰਦਾ ਆ ਉਦਾਂ ਦਾ ਆਪਾਂ ਤਿਆਰ ਕਰਾਂਗੇ ਥੋੜਾ ਥੋੜਾ ਕਰਕੇ ਪਾਣੀ ਐਡ ਕਰਿਓ ਤੁਸੀਂ ਕਿਉਂਕਿ ਜਿਹੜੀਆਂ ਆਪਣੀਆਂ ਸਬਜ਼ੀਆਂ ਨੇ ਉਹਨਾਂ ਸਬਜ਼ੀਆਂ ਦੇ ਵਿੱਚੋਂ ਵੀ ਕਾਫੀ ਜਿਹੜਾ ਜਦੋਂ ਆਪਾਂ ਨਮਕ ਪਾਉਂਦੇ ਆ ਤਾਂ ਕਾਫੀ ਪਾਣੀ ਨਿਕਲ ਆਉਂਦਾ ਹੈ ਪਿਆਜ਼ ਵੀ ਪਾਏ ਹੋਏ ਨੇ ਆਪਾਂ ਤੇ ਜੇ ਆਪਾਂ ਇਹਨੂੰ ਆਪਾਂ ਰੱਖ ਦੇਵਾਂਗੇ ਕੁਝ ਟਾਈਮ ਲਈ ਤਾਂ ਇਹ ਪਤਲਾ ਹੋ ਜਾਂਦਾ ਇਸ ਕਰਕੇ ਇਹਨੂੰ ਆਪਾਂ ਜਦੋਂ ਬਣਾਉਣਾ ਹੈ ਉਸੇ ਟਾਈਮ ਤੁਸੀਂ ਤਿਆਰ ਕਰਿਓ ਤੇ ਥੋੜਾ ਥੋੜਾ ਪਾਣੀ ਪਾ ਕੇ ਤੁਸੀਂ ਦੇਖ ਲਓ ਇਹਦਾ ਇਦਾਂ ਦਾ ਜਿਹੜਾ ਬੈਟਰ ਆ ਹੋਣਾ ਚਾਹੀਦਾ ਆ ਇੱਕੜਾ ਹੀ ਦੇ ਵਿੱਚ ਆਪਾਂ ਤੇਲ ਗਰਮ ਕੀਤਾ ਆ ਤੇ ਜਿਵੇਂ ਆਪਾਂ ਬਾਕੀ ਤੇ ਪਕੌੜੇ ਬਣਾਉਣੇ ਆ ਸੇਮ ਉਸੇ ਤਰ੍ਹਾਂ ਦਾ ਹੀ ਜਿਹੜਾ ਆ ਉਹਨਾਂ ਕੇ ਤੇਲ ਜਿਵੇਂ ਦੇਖ ਲਓ ਤੁਸੀਂ ਇੱਕ ਪਕੌੜਾ ਪਾ ਕੇ ਦੇਖੋ ਤਾਂ ਤੇਲ ਇਸ ਤਰ੍ਹਾਂ ਦੇ ਨਾਲ ਇੰਨਾ ਗਰਮ ਹੋਣਾ ਚਾਹੀਦਾ ਬਹੁਤ ਜ਼ਿਆਦਾ ਤੇਲ ਜਿਹੜਾ ਆ ਉਹ ਗਰਮ ਨਾ ਕਰਿਓ ਕਿਉਂਕਿ ਇੱਕਦਮ ਜ਼ਿਆਦਾ ਗਰਮ ਤੇਲ ਦੇ ਵਿੱਚ ਪਾਉਣ ਨਾਲ ਪਕੌੜੇ ਜਿਹੜੇ ਆ ਉਹ ਬਾਹਰੋਂ ਬਾਹਰੋਂ ਤਾਂ ਜਿਹੜੇ ਆ ਤੁਹਾਡੇ ਪੱਕ ਜਾਂਦੇ ਨੇ ਤੇ ਅੰਦਰੋਂ ਕੱਚੇ ਰਹਿ ਜਾਂਦੇ ਨੇ ਇਸ ਕਰਕੇ ਆਪਾਂ ਥੋੜਾ ਜਿਹਾ ਇਦਾਂ ਦੇਖ ਲੈਣਾ ਕਿ ਮੀਡੀਅਮ ਗੈਸ ਦੇ ਉੱਤੇ ਅਗਰ ਤੁਸੀਂ ਬਣਾਓਗੇ ਤਾਂ ਬਹੁਤ ਜ਼ਿਆਦਾ ਗੁਰਕਰੇ ਬਣਦੇ ਨੇ ਅੰਦਰੋਂ ਬਾਹਰੋਂ ਬਹੁਤ ਚੰਗੀ ਤਰ੍ਹਾਂ ਨਾਲ ਪੱਕ ਜਾਂਦੇ ਨੇ ਅਗਰ ਆਪਾਂ ਜਿਹੜੀ ਗੈਸ ਦੀ ਫਲੇਮ ਆ ਉਹ ਮੀਡੀਅਮ ਰੱਖਦੇ ਆ ਬਹੁਤ ਜ਼ਿਆਦਾ ਤੇਜ਼ ਗੈਸ ਤੇ ਜਦੋਂ ਵੀ ਆਪਾਂ ਕੋਈ ਚੀਜ਼ ਤਲਦੇ ਆ ਤਾਂ ਉਹ ਬਾਹਰੋਂ ਬਾਹਰੋਂ ਜਿਹੜੀ ਪੱਕ ਜਾਂਦੀ ਆ ਤੇ ਅੰਦਰੋਂ ਜਿਹੜੀ ਆ ਉਹ ਚੀਜ਼ ਕੱਚੀ ਰਹਿ ਜਾਂਦੀ ਆ ਇਸ ਤਰ੍ਹਾਂ ਦੇ ਨਾਲ ਆਪਾਂ ਜਿਹੜੇ ਆ ਇਹ ਸਾਰੇ ਪਕੌੜੇ ਜਿਹੜੇ ਪਾ ਕੇ ਆਪਾਂ ਇਹਦੇ ਵਿੱਚ ਤਲ ਲਵਾਂਗੇ ਸੇਮ ਉਸੇ ਤਰ੍ਹਾਂ ਦਾ ਹੀ ਇਹਦਾ ਵੀ ਪ੍ਰੋਸੀਜਰ ਆ ਜਿੱਦਾਂ ਆਪਾਂ ਬਾਕੀ ਵੇਸਣ ਦੇ ਪਕੌੜੇ ਬਣਾਉਨੇ ਆ ਤੇ ਜਦੋਂ ਇਹ ਹਲਕੇ ਜਿਹੇ ਤੁਹਾਨੂੰ ਲੱਗਣ ਲੱਗ ਜਾਣ ਕਿ ਹਾਂ ਇਹਨਾਂ ਨੇ ਤਲਾ ਛੜ ਦਿੱਤਾ ਆ ਤਾਂ ਇਸ ਤਰ੍ਹਾਂ ਦੇ ਨਾਲ ਆਪਾਂ ਇਹਨਾਂ ਨੂੰ ਹਿਲਾ ਕੇ ਇਹਨਾਂ ਦੀ ਦੂਸਰੀ ਸਾਈਡ ਜਿਹੜੀ ਆਪਾਂ ਉਧਰੋਂ ਵੀ ਪਕਾ ਲਵਾਂਗੇ ਦੂਜੀ ਸਾਈਡ ਤੋਂ ਵੀ ਵਿਚ ਵਿਚ ਤੁਸੀਂ ਇਹਨਾਂ ਨੂੰ ਇਦਾਂ ਹਿਲਾਉਂਦੇ ਰਹੋ ਤਾਂ ਕਿ ਜਿਹੜੇ ਆ ਇਹ ਚਾਰੋਂ ਤਰਫ ਤੋਂ ਚੰਗੀ ਤਰ੍ਹਾਂ ਦੇ ਨਾਲ ਜਿਹੜੇ ਸਿੱਕ ਜਾਣ ਇਹਨਾਂ ਨੂੰ ਉਲਟ ਪੁਲਟ ਕਰਦੇ ਰਵਾਂਗੇ ਆਪਾਂ ਤਾਂ ਕਿ ਇਹ 5 ਕੁ ਮਿੰਟ ਜਿਹੜੇ ਆ ਇਹਨਾਂ ਨੂੰ ਲੱਗਦੇ ਨੇ ਬਣਨ ਨੂੰ 5 ਕੁ ਮਿੰਟ ਤੱਕ ਇਹ ਜਿਹੜੇ ਆ ਜਦੋਂ 골ਡਨ ਬ੍ਰਾਊਨ ਇਸ ਤਰ੍ਹਾਂ ਹੋ ਜਾਂਦੇ ਨੇ ਤੇ ਜਦੋਂ ਤੁਹਾਨੂੰ ਲੱਗੇ ਕਿ ਇਹ ਪੱਕ ਗਏ ਨੇ 골ਡਨ ਬ੍ਰਾਊਨ ਹੋ ਗਏ ਨੇ ਤਾਂ ਫਿਰ ਇਸ ਤੋਂ ਬਾਅਦ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਪਕੌੜਿਆਂ ਨੂੰ ਤੇ ਹੁਣ ਇਹ ਖਾਣ ਲਈ ਰੈਡੀ ਹੈ ਜੀ ਪਕੌੜੇ ਤੁਸੀਂ ਇਹਨਾਂ ਪਕੌੜਿਆਂ ਨੂੰ ਕਿਸੇ ਵੀ ਟਾਈਮ ਜਿਹੜਾ ਆ ਸ਼ਾਮ ਦੀ ਚਾਹ ਨਾਲ ਬਰਸਾਤ ਹੋ ਰਹੀ ਹੈ ਮੌਸਮ ਜਿਹੜਾ ਬਹੁਤ ਵਧੀਆ ਹੈ ਅੱਜਕੱਲ ਤੇ ਸੌਣ ਦੇ ਮਹੀਨੇ ਵਿੱਚ ਸਾਰਿਆਂ ਦੇ ਪਕੌੜੇ ਬਣਦੇ ਹੀ ਬਣਦੇ ਆ ਤੁਸੀਂ ਵੀ ਇਦਾਂ ਇੰਜੋਏ ਕਰੋ ਤੇ ਇਹਨੂੰ ਚਾਹ ਦੇ ਨਾਲ ਹਰੀ ਚਟਨੀ ਨਾਲ ਗ੍ਰੀਨ ਚਟਨੀ ਨਾਲ ਰੈੱਡ ਸੌਸ ਦੇ ਨਾਲ ਇਸ ਤਰ੍ਹਾਂ ਦੇ ਨਾਲ ਇੰਜੋਏ ਕਰੋ ਤੁਸੀਂ ਵੀ ਤੇ ਇਹ ਸੀ ਜੀ ਅੱਜ ਦੀ ਵੀਡੀਓ ਮਿਲਦੇ ਆ ਕਿਸੇ ਨੈਕਸਟ ਰੈਸਪੀ ਦੇ ਨਾਲ ਹਾਂਜੀ ਉਹ ਤੱਕ ਤੁਸੀਂ ਇੰਜੋਏ ਕਰੋ ਜੀ ਇਹ ਮੈਗੀ ਦੇ ਕੁਰਕ੍ਰਿਪ ਪਕੌੜੇ ਬਹੁਤ ਹੀ ਟੇਸਟੀ ਬਣਦੇ ਨੇ ਇਹ ਪਕੌੜੇ ਆਪਾਂ ਤੁਹਾਨੂੰ ਮਿਲਦੇ ਆ ਜੀ ਕਿਸੇ ਨੈਕਸਟ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ